ਅੱਛਾ ਜੀ, ਮਾਸ਼ਾਅੱਲਾ। ਪਾਲਕ, ਇੱਕ ਗੁੱਟੀ ਪਾਲਕ ਦੀ ਹੈ, ਇਹ ਹੈਗੇ ਮੇਥੇ, ਅਤੇ ਇਹ ਗੁੱਟੀ ਮੇਥਿਆਂ ਦੀ ਹੈ, ਅਤੇ ਆਲੂ ਆ ਨਾਲ ਲੈ ਕੇ, ਅਤੇ ਲਸਣ, ਲਸਣ ਅਤੇ ਦੂਸਰਾ ਨਾ ਪਿਆਜ਼ ਮੈਂ ਬਣਾ ਲਏ। ਇਹ ਸਬਜ਼ੀ ਸਾਰੀ ਹੁਣ ਬਣਾਉਂਦੀ ਹਾਂ, ਨਾਲ ਨਾਲ ਤਿਆਰ ਕਰਦੀ ਹਾਂ, ਅਤੇ ਨਾਲ ਨਾਲ ਫਿਰ ਆਪਣੇ ਭੈਣ ਭਾਈਆਂ ਨਾਲ ਸ਼ੇਅਰ ਕਰਦੀ ਹਾਂ। ਚਿੜੀਆਂ ਵੀ ਲਿਆ ਕੇ ਮੈਂ ਕੋਲ ਰੱਖੀਆਂ, ਕਿਉਂਕਿ ਆਲੂ ਅਤੇ ਮੇਥੇ, ਮੇਥੇ ਜਿਹੜੇ ਆਪਾਂ ਮੇਰੇ ਭੈਣ ਬਈ ਉੱਥੇ ਕਹਿੰਦੇ ਹਾਂ ਮੇਥੀ, ਅਤੇ ਮੇਥੇ ਲੈਦਾ ਹੁੰਦੇ ਆ, ਇੱਥੇ ਕਹਿੰਦੇ ਮੇਥਿਆਂ ਨੂੰ ਮੇਥੇ ਕਹਿੰਦੇ ਆ, ਮੇਥੀ ਕਹਿੰਦੇ ਆ। ਇਹ ਹੈਗੇ ਮੇਥੇ, ਅਤੇ ਹੁਣ ਸਾਰੀ ਸਬਜ਼ੀ ਮੈਂ ਤਿਆਰ ਕਰਦੀ ਹਾਂ ਕਰਕੇ, ਅਤੇ ਫਿਰ ਇਨਸ਼ਾਅੱਲਾ ਮੈਂ ਆਪਣੇ ਭੈਣ ਭਾਈਆਂ, ਪਹਿਲੇ ਸਭ ਤੋਂ ਪਹਿਲੇ ਮੈਂ ਸਾਰੇ ਸੌਦੇ ਸੁੱਧੇ ਕਲੋਜ਼ ਕਰਕੇ ਖੇਡੀ ਹਾਂ, ਗੁੜ ਬਾਲਟੀ 'ਚ ਪਾ ਖੇਡੀ ਹਾਂ। ਇਹ ਦੇਖੋ ਬਾਲਟੀਆਂ ਮੈਂ ਕੋਲ ਲਿਆ ਕੇ ਰੱਖੀਆਂ ਹੋਈਆਂ ਨੇ, ਬਾਲਟੀਆਂ ਕੋਲ ਲਿਆ ਕੇ ਰੱਖੀਆਂ ਹੋਈਆਂ, ਅਤੇ ਸਾਰੇ ਸੌਦੇ ਬਾਲਟੀਆਂ 'ਚ ਪਾਏ ਆ, ਗੁੜ ਜਿਹੜਾ ਬਾਲਟੀ 'ਚ ਪਾਇਆ ਵਾ ਪਾ ਕੇ ਰੱਖ ਦਿੱਤਾ ਵਾ, ਅਤੇ ਨਾਲ ਹੁਣ ਦਾ ਮੈਂ ਸਬਜ਼ੀ ਬੈਠ ਕੇ ਬਣਾ ਲਵਾਂ, ਅਤੇ ਕੰਮ ਕਰ ਰਹੇ ਮਾਸ਼ਾਅੱਲਾ। ਹੁਣ ਇੱਧਰਲੀ ਸਾਈਡ ਤੋਂ ਕੰਮ ਜਿਹੜਾ ਕਰੀ ਜਾਣ ਡਿਆ, ਅਲਹਮਦੁਲਿਲਾ, ਅੱਲਾ ਪਾਕ ਦਾ ਬੜਾ ਸ਼ੁਕਰ ਆ, ਉੱਥੇ ਖੜਕਾ ਆਉਣ ਡਿਆ ਵਾ, ਅਤੇ ਸੀਆਂ ਕਾਂਡੀਆਂ ਦਾ, ਅਤੇ ਇੱਧਰੋਂ ਫਿਰ ਮੈਂ ਸਬਜ਼ੀ ਬਣਾ ਕੇ ਨਾਲ ਖਾਣਾ ਤਿਆਰ ਕਰੂੰ, ਨਾਲ ਆਪਣੇ ਭੈਣ ਭਾਈਆਂ ਨਾਲ ਸ਼ੇਅਰ ਕਰੂੰਗੀ, ਅਤੇ ਨਾਲੇ ਫਿਰ ਜਿਹੜਾ ਕੰਮ ਅੱਜ ਰੂਟੀਨ ਦਾ ਵਾ ਉਹ ਵੀ ਆਪਣੇ ਭੈਣ ਭਾਈਆਂ ਨਾਲ ਸ਼ੇਅਰ ਕਰੂੰਗੀ। ਅਤੇ ਸਭ ਤੋਂ ਪਹਿਲਾਂ ਕਿਉਂਕਿ ਇੱਥੇ ਕਾਫੀ ਟਾਈਮ ਲੱਗ ਜਾਣਾ ਪਾਲਕ ਦੀ ਗੁੱਟੀ ਅਤੇ ਮੇਥਿਆਂ ਦੇ ਉੱਤੇ, ਅਤੇ ਦੂਸਰਾ ਮੈਂ ਹੁਣ ਪਹਿਲੀ ਵਾਰੀ ਲੈ ਕੇ ਆਏ ਇਹਨਾਂ ਦੇ ਬੂ ਮੇਥੇ, ਅਤੇ ਦੂਸਰਾ ਹੈ ਨਾ ਪਾਲਕ ਦੀ ਗੁੱਟੀ, ਕਹਿੰਦਾ ਮਿਕਸ ਕਰਕੇ ਬਣਾ ਲਓ। ਮੈਂ ਤਾਂ ਬਣਾਉਂਦੀ ਹੁੰਦੀ ਇਕੱਲੇ ਮੇਥੇ ਅਤੇ ਜਾਂ ਇਕੱਲੀ ਇਕੱਲੀ ਪਾਲਕ, ਅਤੇ ਹੁਣ ਫਿਰ ਜੇ ਮੈਂ ਇੱਕ ਸ਼ੈ ਨਾ ਬਣਾਉਂਗੀ ਅਤੇ ਇੱਕ ਰੱਖੂੰਗੀ ਉਹ ਖਰਾਬ ਹੋ ਜਾਣੀ। ਮੇਰੇ ਗਲ ਪਾ ਗਿਆ, ਮੈਨੂੰ ਇਹ ਹੁਣ ਮੇਰੀ ਜਿੰਦਗੀ ਨਹੀਂ ਠੀਕ, ਮੇਰੇ ਭੈਣ ਵੀ ਮੈਨੂੰ ਔਖੀ ਲੱਗਦੀ ਹੈ। ਅਤੇ ਜਿਸ ਤਰ੍ਹਾਂ ਮੈਂ ਕਿਹਾ ਸ਼ਾਹ ਤੋਂ ਬੈਠਾ ਸੀ, ਬਾਕੀ ਇੱਟਾਂ ਸਿੱਟਣ ਡਿਆ ਹਜੇ, ਅਤੇ ਜਿਹੜਾ ਹੋਰ ਕੰਮ ਵੀ ਕਰਨਗੇ, ਅਤੇ ਮੈਂ ਕਿਹਾ ਚਲੋ ਜੇ ਸ਼ਾਹ ਮੇਰੇ ਨਾਲ ਬੈਠ ਕੇ ਚੀਰੀਆਂ ਬਣਵਾ ਦੇ, ਅਤੇ ਚੱਲ ਮੈਂ ਜੇ ਕਾਫੀ ਖਾਣਾ ਜਿਹੜਾ ਤਾਂ ਸ਼ਾਮ ਦਾ ਜਿਹੜਾ ਤਿਆਰ ਕਰ ਲਊਂਗੀ। ਮੇਰੇ ਭੈਣ ਬਈ ਕਹਿਣਗੇ ਇੱਕੋ ਹੀ ਸੂਟ ਵਿੱਚ ਵੀਡੀਓ ਬਣਾਈ ਆ, ਕਿਉਂਕਿ ਘਰ ਕੰਮ ਕਰਨ ਡਿਆ ਨਾ, ਅਤੇ ਇਹਨਾਂ ਨੂੰ ਬਸ ਜਗ੍ਹਾ ਕੋਈ ਨਹੀਂ ਹੈਗੀ, ਮੈਂ ਕਿਹਾ ਹੁਣ ਕੰਮ ਕਰ ਹੀ ਲੈਣੇ। ਹਾਂਜੀ, ਅਤੇ ਇਸ ਵਾਸਤੇ ਨਾ ਫਿਰ ਬਸ ਨਹੀਂ ਸੀ ਕੱਪੜੇ ਮੈਂ ਹੋਰ ਖੋਲ੍ਹੇ, ਮੈਂ ਇਹਨਾਂ ਕੱਪੜਿਆਂ ਵਿੱਚ ਦੋ ਤਿੰਨ ਤਿੰਨ ਚਾਰ ਵੀਡੀਓ ਬਣ ਗਏ, ਮੈਂ ਖੈਰ ਕੈਰਾਂ ਵਿੱਚ ਦੂਸਰਾ ਕੀ ਕਰੀਏ, ਅਤੇ ਕੋਈ ਗੁਜ਼ਾਰਾ ਮਜ਼ਾਰਾ ਚੱਲਦਾ ਹੀ ਰਹਿਣਾ। ਅਤੇ ਇਨਸ਼ਾਅੱਲਾ ਅਤੇ ਜਿਹੜਾ ਜਿਹੜਾ ਨਾਲ ਕੰਮ ਕਰਦੇ ਹਾਂ, ਅਤੇ ਇਨਸ਼ਾਅੱਲਾ ਅਸੀਂ ਆਪਣੇ ਭੈਣ ਭਾਈਆਂ ਨਾਲ ਸ਼ੇਅਰ ਕਰਦੇ ਹਾਂ। ਸ਼ਾਮ ਮੇਰਾ ਬੈਠ ਆਉਂਦਾ ਉਹ ਥੋੜ੍ਹੇ ਮੇਥੇ, ਅਤੇ ਮੇਥੀ ਲਿਆ ਨਾਲ ਪਾਲਕ ਲਿਆਏ ਸੀਗੇ, ਅਤੇ ਮੈਂ ਕਿਹਾ ਮੇਥੇ ਤਾਂ ਪਾਲਕ ਮੇਥਿਆਂ ਲੱਗੀ ਜੋਰ ਜੋਰ, ਇਹ ਕੜਵੇ ਬਣਨੇ, ਅਤੇ ਉਹ ਨਾਲ ਫਿਰ ਉਹ ਵੀ ਰਹਿੰਦੇ ਸਾਲ ਖਰਾਬ ਹੋ ਜਾਣਾ, ਅਤੇ ਮੈਂ ਉਹ ਨਹੀਂ ਬਣਾਈ ਹੈਗੀ। ਮੈਂ ਕਿਹਾ ਚੱਲ ਕੱਲ੍ਹ ਨੂੰ ਉਹ ਤੋਂ ਸ਼ਹਿਰ ਵਿੱਚ ਮਿਕਸ ਕਰਕੇ ਬਣਾ ਲਵਾਂਗੇ, ਅਤੇ ਹੁਣ ਜਲਦੀ ਜਲਦੀ ਅਸੀਂ ਬੈਠ ਕੇ ਮਾਂ ਪੁੱਤ ਬਣਾ ਲੈਂਦੇ ਮੇਥੇ। ਅਤੇ ਅੱਗੇ ਨਾ ਮੇਰੇ ਕੋਲ ਰੈਪਰ ਖਾਂਦਾ ਗਿਆ ਵਾ, ਰੈਪਰਾਂ ਨਾਲ ਮੈਂ ਨਹਾਉਂਗਾ ਵਾ ਦੋ ਤਿੰਨ ਮਾਰੇ, ਅੱਖੇ ਨਹੀਂ ਲੱਗਦਾ ਹੈਗਾ। ਅਤੇ ਮੈਂ ਕਿਹਾ ਉੱਠ ਕੇ ਕੰਮ ਕਰ ਲਓ ਜਲਦੀ ਜਲਦੀ, ਜਿਹੜਾ ਕੰਮ ਹੈਗਾ ਥੋੜ੍ਹਾ ਰਹਿ ਗਿਆ ਮੇਰੇ ਭੈਣ ਦੇ ਨਿਬੜ ਜਾਵੇ ਵੀ, ਅਤੇ ਚਲੋ ਕਹਾਂ ਇਹ ਆਪਣੀ ਫੁੱਫੇ ਘਰ ਰਹਿੰਦੇ, ਉੱਧਰ ਦਾ ਘਰ ਦੀ ਮਜ਼ਦੂਰੀ ਕਰਨੀ ਹੈ, ਅਤੇ ਚਲ ਉੱਧਰ ਆਪਣੀ ਮਜ਼ਦੂਰੀ ਕਰਨ, ਅਤੇ ਚਲੋ ਆਪਣੇ ਰੋਟੀ ਰੋਜ਼ੀ ਦਾ ਬੰਦਾ ਹੋ ਜਾਂਦਾ। ਹਾਂਜੀ ਬੱਚੇ ਆ, ਅਤੇ ਸਾਰਾ ਅਸੀਂ ਕਿਹੜਾ ਸ਼ਾਮ ਨੂੰ ਮੇਰੇ ਭੈਣ ਬਈ ਦਿਹਾੜੀ ਦਿੰਦੇ ਹਾਂ, ਅਤੇ ਪਤਨੀ ਹਾਂਜੀ ਸ਼ੁਕਰੀਆ ਵੀ ਇਹਦੇ ਨਾਲ ਆ ਕੇ ਸਾਡੇ ਲੱਗਾ ਹੋਇਆ ਵਾ, ਇੰਨੀ ਹੈਲਪਰ ਆਈ ਆ ਨਾਲ। ਇਨਸ਼ਾਅੱਲਾ ਜਿਹੜੇ ਵਾਰ ਲਾ ਕੇ ਨਾ
ਇੱਟਾਂ ਪਹਿਲੇ ਇੱਥੇ ਜਮਾ ਕਰਨਗੇ ਅੰਦਰ ਜਮਾ ਕਰਕੇ ਇੱਟਾਂ ਤੇ ਮੈਂ ਕਿਹਾ ਜਿਹਨਾਂ ਇੱਟਾਂ ਜਮਾ ਕਰਨੀਆਂ ਨੇ ਜਿਵੇਂ ਨਾ ਬਹਿ ਕੇ ਮੇਥੇ ਬਣਾ ਦੇ ਤੇ ਇੱਟਾਂ ਜਮਾ ਕਰਦੇ ਤੇ ਫਿਰ ਇਨਸ਼ਾਅੱਲਾ ਦੁਬਾਰਾ ਫਿਰ ਆਪਣੇ ਕੰਮ ਕਰਦੇ ਮੇਰੇ ਸਿਰ ਦਰਦ ਹੁੰਦੇ ਸੀ ਤੇ ਮੈਂ ਤੇ ਹੁਣ ਚਾਹੇ ਕੁਛ ਦਿੱਤੀ ਆ ਤੇ ਮੈਨੂੰ ਸਕੂਨ ਆ ਕੇ ਦਰਦ ਕਿੱਦਾਂ ਹੋਈ ਮੇਰੇ ਭੈਣ ਬਈਓ ਅਨਾਇਆ ਫਾਤਮਾ ਦਾਨ ਚ ਬਹੁਤ ਤੰਗ ਕਰਦੀ ਤੇ ਉਹ ਤੋਂ ਵੱਡਾ ਹੈਗਾ ਨਾ ਨਿਆਣਾ ਹਨਾਨ ਤੇ ਤਿੰਨਾਂ ਨਿਆਣੇ ਨਾਲ ਮੇਰੇ ਸਿਰ ਤੇ ਦਰਦ ਪਾਤੀ ਹੋਰ ਕੀ ਬਹੁਤ ਤੰਗ ਕਰਦੇ ਆ ਇਨਸ਼ਾਅੱਲਾ ਮੈਂ ਸਬਜ਼ੀ ਬਣਾ ਲੈਣੀ ਹੈ ਤੇ ਨਾਲ ਬਣਾਉਣੀ ਨਾਲ ਆਪਣੇ ਬੰਦੇ ਆ ਅੱਛਾ ਜੀ ਨਾ ਇਧਰਲੀ ਸਾਈਡ 'ਤੇ ਸਾਰੇ ਵਾਰ ਲਾ ਲਏ ਹੁਣ ਨਾ ਇਧਰਲੀ ਸਾਈਡ 'ਤੇ ਵਾਰ ਲਾਉਣ ਡੇ ਸ਼ਾਹਦ ਉੱਪਰ ਖੜ੍ਹਾ ਛੱਤ 'ਤੇ ਅਤੇ ਆਹ ਲੈ ਰਹਿ ਗਿਆ ਸੀ ਇੱਧਰ ਲਾਉਣ ਡੇ ਇੱਧਰ ਵੀ ਲਾ ਲਿਆ ਸਾਰਾ ਵਾਰ ਲਾ ਲਏ ਅੱਛਾ ਜੀ ਮੇਥੇ ਜਿਹੜੇ ਕੱਟ ਕੇ ਧਨੀਆ ਮੇਥੇ ਸਾਰੇ ਮੈਂ ਵਿੱਚ ਮਿਕਸ ਕਰ ਲਿਆ ਅਤੇ ਪਾਲਕ ਨਹੀਂ ਬਣਾਈ ਪਾਲਕ ਫਿਰ ਬਣਾਉਂਗੀ ਅਤੇ ਹੁਣ ਅੱਛੀ ਤਰ੍ਹਾਂ ਇਹਨੂੰ ਨਾ ਸੂਟ 'ਤੇ ਵਾਸ਼ ਕਰ ਲੈਣੀ ਹੈ ਬਿਲਕੁਲ ਮਿੱਟੀ ਵਗੈਰਾ ਮਿੱਟੀ ਤਾਂ ਬਿਲਕੁਲ ਸਾਫ਼ ਕਰ ਕਰਕੇ ਮਿੱਟੀ ਦੇ ਨਾਲ ਹੈ ਨਹੀਂ ਸੀ ਫਿਰ ਵੀ ਨਾ ਕਿਰਕ ਜੀ ਨਾ ਆਵੇ ਅਤੇ ਅੱਛੀ ਤਰ੍ਹਾਂ ਇਹਨਾਂ ਨੂੰ ਧੋ ਲੈਣੀ ਧੋ ਕੇ ਥੋੜ੍ਹੇ ਹੋ ਜਾਂਦੇ ਖੁਸ਼ ਆਲੂ ਵੀ ਮੈਂ ਸਾਫ਼ ਕਰ ਲਏ ਫਿਰ ਵੀ ਇੱਕ ਨਾ ਮੈਂ ਬਰਤਨ ਪਾਣੀ ਖੁੱਲ੍ਹੇ ਦੇ ਵਿੱਚ ਲੈ ਕੇ ਨਾ ਅਤੇ ਫਿਰ ਇਹਨੂੰ ਨਾ ਵੀ ਹਾਂਡੀ ਦੇ ਵਿੱਚ ਪਾਵਾਂਗੇ ਨਾ ਹੁਣ ਦੁਪਹਿਰ ਦਾ ਖਾਣਾ ਖਾਧਾ ਸੀਗਾ ਅਤੇ ਬਰਤਨ ਥੋੜ੍ਹੇ ਜਿਹੇ ਵਾਸ਼ ਕਰਨ ਵਾਲੇ ਆ ਅਤੇ ਬਰਤਨ ਨੂੰ ਹੁਣ ਧੋਨੇ ਆ ਅਤੇ ਦੂਸਰਾ ਨਾਲ ਹੈ ਨਾ ਸਬਜ਼ੀ ਵੀ ਜਿਹੜੀ ਅੱਛੀ ਤਰ੍ਹਾਂ ਧੋ ਲਈ ਆ ਵੀ ਜਿਹੜੇ ਹੈਗੇ ਆ ਮੇਥੇ ਮੇਥੇ ਅੱਛੀ ਤਰ੍ਹਾਂ ਵਾਸ਼ ਕਰ ਲਏ ਮੇਰੇ ਖਾਇਆ ਪਤਾ ਪਰ ਇਹੋ ਜਿਹਾ ਅੱਛਾ ਜੀ ਮੇਥੇ ਧੋ ਲਏ ਸੀਗੇ ਅਤੇ ਹੁਣ ਆਲੂ ਅੱਛੀ ਤਰ੍ਹਾਂ ਆਲੂ ਵੀ ਵਾਸ਼ ਕਰ ਲਏ ਅਤੇ ਮਸਾਲਾ ਜਿਹੜਾ ਤਿਆਰ ਕੀਤਾ ਵੀ ਉਹ ਵਾਸ਼ ਕਰ ਲਿਓ ਅਤੇ ਮਰ ਗਈ ਮੈਂ ਦੰਦ ਰੋ ਰਿਹਾ ਵਾ ਮੰਮਾ ਸੁੱਤਾ ਉੱਠਿਆ ਨਾ ਤਾਂ ਰੋ ਰਿਹਾ ਹੈ ਸੁੱਤਾ ਉੱਠਿਆ ਸੁੱਤਾ ਉੱਠਿਆ ਹਾਂਜੀ ਜ਼ਿੱਦ ਜੇ ਸੁੱਤਾ ਉੱਠਦਾ ਨਾ ਜ਼ਿੱਦ ਪੈ ਜਾਂਦਾ ਹਾਂਜੀ ਫੀਟਰ ਵੀ ਦੇ ਕੇ ਆਈ ਹਾਂ ਖਾਣ ਮੇਥੇ ਵੀ ਧੋ ਗਏ ਅਤੇ ਆਲੂ ਵੀ ਅਤੇ ਸਾਰਾ ਸਮਾਨ ਹੋ ਗਿਆ ਰੈਡੀ ਅਤੇ ਮੈਂ ਹੁਣ ਖਾਣਾ ਬਣਾ ਲੈਂਦੀ ਹਾਂ ਅਤੇ ਮੇਰੀ ਬੇਟੀ ਜਿਹੜੀ ਬਰਤਨ ਦੁਪਹਿਰ ਵਾਲੇ ਆ ਇਹਨਾਂ ਨੂੰ ਕਰਕੇ ਲੈ ਆਉਂਦੀ ਹੈ ਧੋ ਲਿਆਉਂਦੀ ਹੈ ਜਿਹੜੇ ਸਾਰੇ ਕੰਮ ਸਮਾਨ ਅੱਛਾ ਜੀ ਸਮਾਨ ਸਾਰਾ ਰੈਡੀ ਕਰ ਲਿਆ ਵਾ ਲਸਣ ਅਤੇ ਅਦਰਕ ਅਤੇ ਹਰੀ ਮਿਰਚ ਦਾ ਪੇਸਟ ਜਿਹੜਾ ਇਹ ਤਿਆਰ ਕਰਨਾ ਸੀਗਾ ਮੈਂ ਕਿਹਾ ਜਲਦੀ ਜਲਦੀ ਪਹਿਲੇ ਇਹਨੂੰ ਤਿਆਰ ਕਰ ਤਿਆਰ ਕਰਕੇ ਅਤੇ ਚੱਲ ਕੇ ਨਾ ਖਾਣਾ ਬਣਾਉਣ ਅੱਛਾ ਜੀ ਲਸਣ ਦਾ ਪੇਸਟ ਮੈਂ ਇਸ ਤਰ੍ਹਾਂ ਤਿਆਰ ਕਰਕੇ ਲੈ ਲਈ ਘੀ ਮੈਂ ਪਾ ਕੇ ਉੱਪਰ ਰੱਖ ਦਿੱਤਾ ਵਾ ਅਤੇ ਘੀ ਹੋ ਗਿਆ ਸੀ ਗਰਮ ਅਤੇ ਮੈਂ ਕਿਹਾ ਕਿ ਲੱਡੇ ਖੜੀ ਖੜੀ ਨਾ ਜਿਹਦੇ ਵੀ ਪਿਆਜ਼ ਵਿੱਚ ਹੀ ਕੱਟ ਲੈਣੀ ਕਰਦੇ ਨਹੀਂ ਸਾਬਤ ਪਿਆਜ਼ ਨੇ ਧੋ ਕੇ ਲੈਣ ਦਾ ਅਤੇ ਫਿਰ ਬਰਫ਼ ਚੱਕ ਲੈਣ ਦਾ ਅਤੇ ਖੜੀ ਵੀ ਜਲਦੀ ਪਿਆਜ਼ ਕੱਟ ਲੈਣੀ ਵਿੱਚ ਅਤੇ ਸਾਰਾ ਸਮਾਨ ਹੋ ਗਿਆ ਰੈਡੀ ਅਤੇ ਪਲਾਨ ਉੱਧਰਲੀ ਸਾਈਡ 'ਤੇ ਲੱਗੇ ਹੋਏ ਕੰਮ ਕਰਨ ਅਤੇ ਪਲਾਨ ਹੁਣ ਲੱਗੇ ਹੋਏ ਉੱਧਰਲੀ ਸਾਈਡ 'ਤੇ ਕੰਮ ਕਰਨ ਕਿਉਂਕਿ ਇੱਧਰਲੀ ਸਾਈਡ 'ਤੇ ਫਿਨਾਲ ਨਾ ਇਸ ਵਾਸਤੇ ਫਿਰ ਛੱਡਿਆ ਵਾ ਤੇ ਉਹ ਬੀਮ ਜਿਹਾ ਨਾਲ ਹੀ ਭਰ ਦੇਣ ਲੱਗੇ ਕੱਲ ਨੂੰ ਜੇ ਦੂਸਰਾ ਉੱਥੋਂ ਵੀ ਹੈਨਾ ਨਵੇਂ ਨਵਾਂ ਵਾਸਤੇ ਥਾਂ ਰਹੂ ਅਤੇ ਹੁਣ ਜੀ ਮੈਂ ਪਿਆਜ਼ ਵੀ ਗੋਲਡਨ ਬਰਾਊਨ ਹੋ ਚੱਲੇ ਅਤੇ ਵਿੱਚ ਮਿਕਸ ਕਰ ਦਿੰਦੀ ਹਾਂ ਲਸਣ ਦਾ ਪੇਸਟ ਕਾਲੀ ਮਿਰਚ ਵਿੱਚ ਮਿਕਸ ਕੀਤੀ ਹੈ ਨਾ ਕਿਤੇ ਖੜੀ ਹੋ ਕੇ ਮੈਂ ਕਿਹਾ ਚੱਲ ਇੱਥੇ ਬਣਾ ਲੈਂਦੀ ਜਲਦੀ ਜਲਦੀ ਖਾਣਾ
ਅੱਜ ਨਾ ਦਾਣੇ ਚਲੀ ਗਏ ਨਾ, ਬੜਾ ਕੰਮ ਕੰਮ ਕਰਨ ਦਿਆ ਉਹ ਦਾਣੇ ਚਲੀ ਗਏ, ਝੂਲੇ ਚੀ ਬਿਠਾਇਆ ਹੋਇਆ ਵਾ ਤਾਂ ਵੀ ਦਾਣੇ ਛਲੀ ਨਹੀਂ ਮੁਹੰਮਦ ਅਲੀ ਨਾ ਮੁਹੰਮਦ ਅਲੀ ਅਤੇ ਜਿਸ ਤਰ੍ਹਾਂ ਮੇਰੀ ਭੈਣ ਵੀ ਤੰਗ ਕਰ ਰਿਹਾ ਵਾ ਕਿਉਂਕਿ ਝੂਲੇ ਚੀ ਪਾਇਆ ਹੋਇਆ, ਚੱਲ ਬੈਠਾ ਝੂਲੇ ਲੈ ਲਵੇ ਅਤੇ ਤਾਂ ਵੀ ਰੋਣੋ ਨਹੀਂ ਚੁੱਪ ਕਰਨ ਡਿਆ ਹੈਗਾ। ਅਤੇ ਅੱਜ ਫਿਰ ਮੇਰੀ ਕੁਛ ਤਬੀਅਤ ਨਹੀਂ ਸੀ ਠੀਕ ਹੈਗੀ, ਉਹ ਲਿਆ ਕੇ ਦੇ ਗਏ ਮੇਥੇ, ਅਤੇ ਮੇਥੇ ਉਹਨਾਂ ਨੂੰ ਪਤਾ ਨਹੀਂ ਸੀਗਾ ਚੰਗੇ ਵੇਲੇ, ਉਹਨਾਂ ਨੂੰ ਤਬੀਅਤ ਨਹੀਂ ਠੀਕ ਹੈਗੀ, ਅਤੇ ਮੈਂ ਲਿਆ ਕੇ ਦੇ ਗਿਆ ਸ਼ੌਕ ਹੋਊਗਾ। ਅਤੇ ਹੁਣ ਬੈਠ ਕੇ ਮੈਂ ਸ਼ਾਹ ਨੇ ਜਲਦੀ ਜਲਦੀ ਬਣਾਏ, ਅਤੇ ਕਿਉਂਕਿ ਬੈਠ ਕੇ ਨਾ ਚਿਰ ਬੈਠ ਕੇ ਮੇਰੇ ਕੋਲ ਸਬਜ਼ੀ ਨਹੀਂ ਬਣਦੀ ਹੈਗੀ, ਜਾਂ ਥੋੜ੍ਹਾ ਜਿਹਾ ਢੋ ਰਾਤਰਾ ਲਾ ਲੈਂਦੀ ਹਾਂ ਅਤੇ ਜਾਂ ਬੈਠ ਜਾਂਦੀ ਹਾਂ। ਦਾਣਾ ਮੁਹੰਮਦ ਅਲੀ ਤੇਰਾ ਥੋੜ੍ਹਾ ਜਿਹਾ ਆਵਾਜ਼ਾਂ ਲਾਉਣਾ ਵਿੱਚ ਕੋਈ ਜ਼ਰੂਰੀ ਆ, ਮਿੰਟ ਕੁ ਬਾਅਦ ਵਿੱਚ ਸਾਜ ਵਜਾ ਦਿੰਦਾ ਹੈਗਾ ਨੁਸਰਤ ਫਤਿਹ ਅਲੀ ਖਾਨ ਜੀ, ਮਿੰਟ ਕੁ ਬਾਅਦ ਸਾਜ ਵਜਾ ਦਿੰਦਾ। ਤੇ ਮੇਰੇ ਭੈਣ ਭਾਈ ਉਹ ਦਿਨ ਮੈਂ ਉੱਥੇ ਬਾਹਰ ਬਹਿ ਕੇ ਮੈਂ ਆਪਣਾ ਵਲੋਗ ਤਿਆਰ ਕੀਤਾ ਸੀ, ਮੇਰੇ ਭੈਣ ਭਾਈ ਕਹਿੰਦੇ ਸੀ ਇੱਥੇ ਕੋਈ ਸ਼ੋਰ ਨਹੀਂ ਆ, ਹੁਣ ਮੇਰੇ ਭੈਣ ਭਾਈ ਦੇਖੋ ਨਾਇਆ ਫਾਤਮਾ ਵਾ ਦਾਨਿਸ਼ ਅਸੀਂ ਇਹਨਾਂ ਨੂੰ ਕਿੱਥੇ ਕੱਢਦੇ, ਇੰਨਾ ਸ਼ੋਰ ਕਰਦੇ ਕਸਮ ਨਾਲ ਇਹ ਦੋਨੋਂ ਜੋੜੀ, ਹੁਣ ਆਪਣੀ ਮੰਮਾ ਨੂੰ ਫੜੇ ਖਿੱਚੀ ਜਾਂਦੀ ਹੈ। ਉੱਪਰ ਰੱਖ ਦਿੱਤੇ ਸੀ, ਨੀਚੇ ਤੇ ਮਿੱਟੀ ਆ, ਫਿਰ ਮਿੱਟੀ ਤੇ ਡਰਦੀ ਮੈਂ ਉੱਪਰ ਰੱਖੇ ਹੋਏ ਆ, ਮੈਂ ਕਿਹਾ ਚਲ ਇੱਥੇ ਬੈਠ ਕੇ ਫਿਰ ਮਸਾਲਾ ਜਲਦੀ ਥੋੜ੍ਹਾ ਜਿਹਾ ਗੋਲਡਨ ਬਰਾਊਨ ਹੋ ਜਾਂਦਾ ਅਦਰਕ ਲਸਣ ਦਾ ਪੇਸਟ, ਅਤੇ ਮੈਂ ਬੈਟਰ ਕੱਟ ਲੈਂਦੀ ਜਲਦੀ ਆਲੂ, ਆਲੂ ਨਵੇਂ ਆਏ ਹੋਏ ਹੁਣ ਇੰਨੀ ਮਿੱਠੀ ਨਹੀਂ ਹੈਗੀ, ਅਤੇ ਮੇਥਿਆਂ ਦੇ ਵਿੱਚ ਨਾ ਅੱਜ ਮੈਂ ਚੁੱਲ੍ਹੇ 'ਚ ਅੱਗ ਨਹੀਂ ਜਾਲੀ ਹੈਗੀ, ਇੱਥੇ ਚਲੋ ਇੱਥੇ ਖੜੀ ਹੋ ਕੇ ਸਿਲੰਡਰ ਦੇ ਬੈਟਰ ਬਣਾ ਲਈ, ਇੱਥੇ ਥੋੜ੍ਹੀ ਜਿਹੀ ਮਿੱਟੀ ਜਿਹੀ ਲੱਗਣੀ ਹੈ, ਉਹ ਇਨਸ਼ਾਅੱਲਾ ਸੁਬਾਹ ਨੂੰ ਨਾ ਇੱਥੇ ਜ਼ਰੂਰ ਸ਼ਾਮ ਨੂੰ ਕਹੋ ਮੈਨੂੰ ਮਲ ਕੇ ਲਿਆਉਂਦੇ ਮਿੱਟੀ, ਅਤੇ ਮੈਂ ਇੱਥੇ ਬੈਠ ਕੇ ਚੇਅਰ ਉੱਤੇ ਬੈਠ ਕੇ ਇੱਥੇ ਲਾ ਲੂੰਗੀ। ਤੁਸੀਂ ਸਾਡਾ ਉਹ ਕਿੱਧਰ ਗਿਆ ਕੁੱਕਰ ਦੇਖੋ ਖੜਾ ਵਾ ਉੱਥੇ, ਉਹ ਖੁੱਡਾ ਬਣਾਇਆ ਹੋਇਆ ਉੱਧਰਲੀ ਸਾਈਡ 'ਤੇ ਉਹਦਾ, ਹੁਣ ਬਿਸਮਿਲਲਾ ਕਰਦੀ ਥੋੜ੍ਹਾ ਜਿਹਾ ਵਿੱਚ ਮਿਕਸ ਕਰਦੀ ਪਾਣੀ, ਉਹ ਮਸਾਲਾ ਨੀਚੇ ਨਾ ਲੱਗ ਜਾਵੇ। ਇਹ ਨਾਇਆ ਫਾਤਮਾ ਮੈਨੂੰ ਬਹੁਤ ਤੰਗ ਲਿਆ, ਵੇਖ ਮੇਜ਼ ਡਿੱਗ ਪੈਣਾ, ਨਾ ਫਾਤਮਾ ਮੇਜ਼ ਡਿੱਗ ਪੈਣਾ, ਮੈਂ ਤੇਰੇ ਮੈਂ ਮਾਰੂੰਗੀ ਵੇਖ ਲਾ ਹੁਣ ਡੱਬਾ ਦੇਖ ਲੈਂਦੀ। ਅੰਮੀ ਜੀ ਨਹੀਂ ਦੇਵੋ, ਬਿਸਮਿਲਲਾ ਹਲਦੀ ਦਾ ਪਾਊਡਰ ਇੱਥੇ ਰੱਖ ਦੇ, ਰੱਖ ਤੂੰ ਜੀ ਰੱਖ, ਸ਼ੁਕਰੀਆ ਸ਼ੁਕਰੀਆ ਜੀ ਤੁਹਾਡਾ ਸ਼ੁਕਰੀਆ, ਰੱਖ ਇੱਥੇ ਇੱਦਾਂ ਮੇਰੇ ਭੈਣ ਦੇ ਤੰਗ ਕਰ ਦਿੰਦੀ। ਰੈਡ ਮਿਰਚ ਦਾ ਪਾਊਡਰ ਅਤੇ ਹੁਣ ਵਿੱਚ ਮਿਕਸ ਕਰ ਦਿੰਦੀ ਹਾਂ ਨਮਕ, ਹੁਣ ਦੂਸਰਾ ਮੁਹੰਮਦ ਅਲੀ ਆ ਗਏ ਦੇਖੋ, ਹੁਣ ਤੁਸੀਂ ਨਹੀਂ ਭਾਈ ਖਰਾਰਾ ਪਾਉਣਾ ਇੱਥੇ ਮੇਰੇ, ਤੁਹਾਡਾ ਭਲਾ ਹੋਵੇ, ਚੁੱਪ ਕਰਕੇ ਤੁਰੇ ਫਿਰੋ। ਮਿਕਸ ਕਰਦੀ ਹਾਂ ਨਮਕ ਇੱਕ ਚਮਚ, ਹੁਣ ਦੋ ਤੋਂ ਤਿੰਨ ਮਿੰਟ ਦੀ ਇਸ ਤਰ੍ਹਾਂ ਭੁਨਾਈ ਕਰਦੀ ਹਾਂ, ਭੁਨਾਈ ਕਰਕੇ ਮਸਾਲੇ ਦੀ ਅਤੇ ਫਿਰ ਨਾ ਵਿੱਚ ਸਬਜ਼ੀ ਜਿਹੜੀ ਨਾ ਉਹ ਮਿਕਸ ਕਰ ਦਿੰਦੀ, ਡੱਬੇ ਜਿਹੜੇ ਥੋੜ੍ਹੇ ਕਲੋਜ਼ ਕਰਕੇ ਰੱਖਦਾ ਕਿਉਂਕਿ ਨਾਇਆ ਅਤੇ ਦਾਨਿਸ਼ ਨੇ ਨਾ ਹਟਣਾ ਨਹੀਂ ਆ, ਇਹਨਾਂ ਨੇ ਹੁਣੇ ਅੱਖ ਸਿੱਟ ਕੇ ਸਾਰਾ ਹਰ ਸ਼ਾਇ ਡੋਲ ਦੇਣੀ। ਆਲੂ ਵੀ ਨਾਲ ਮਿਕਸ ਕਰ ਦਿੰਦੀ, ਜਿਹੜਾ ਮੇਥੇ ਬਾਅਦ 'ਚ ਪਾਉਂਦੀ ਹਾਂ, ਆਲੂ ਪਹਿਲੇ ਮਿਕਸ ਕਰ ਦਿੰਦੀ ਨਾਲ ਮਸਾਲੇ ਦੇ ਨਾਲ, ਇਹਨਾਂ ਇਹਨਾਂ ਦੀ ਇੱਕ ਤਰ੍ਹਾਂ ਬਣਾਈ ਹੋ ਜਾਂਦੀ, ਉੱਪਰ ਲੈ ਕੇ ਮਾੜਾ ਮਾਰੋ ਥੋੜੇ ਜੇ ਪਤਲੇ ਬਣਾਉਣੇ ਆ, ਥੋੜਾ ਜਿਹਾ ਵਿੱਚ ਪਾਣੀ ਮਿਕਸ ਕਰੂੰਗੀ ਤੇ ਥੋੜੇ ਜੇ ਨਾ
ਇਹ ਪੱਕ ਕੇ ਤੇ ਥੋੜੇ ਸੌਫਟ ਹੋ ਜਾਣ ਤੇ ਨਾਲੇ ਪਤਲੇ ਪਤਲੇ ਬਣ ਜਾਣ, ਸੋਹਣੇ ਬਣਦੇ ਆ। ਤੇ ਜਿਹੜੇ ਪਿਓ ਵਿੱਚ ਇੱਦਾਂ ਸੁੱਬੜ ਜੇ ਬਣ ਜਾਂਦੇ ਉਹ ਅੱਛੇ ਨਹੀਂ ਲੱਗਦੇ ਹੈਗੇ। ਅਤੇ ਪਾਣੀ ਵਿੱਚ ਥੋੜ੍ਹਾ ਮਿਕਸ ਕਰੂੰਗੀ ਕਿਉਂਕਿ ਅੱਛੀ ਤਰ੍ਹਾਂ ਬਣ ਕੇ ਮੇਥੇ ਜਿਹੜੇ ਤਿਆਰ ਹੋ ਜਾਣਗੇ। ਮਸਲਾ ਮੇਥੇ ਜਿਹੜੇ ਹੈ ਨਾ ਇਹ ਵਾਇਆਬਾਦੀ ਤੋਂ ਜਿਹੜੇ ਬਹੁਤ ਅੱਛੇ ਆ, ਜੋੜਾਂ ਜਿਹੜੀਆਂ ਦਰਦਾਂ ਹੁੰਦੀਆਂ ਇਹਨਾਂ ਤੋਂ ਬਹੁਤ ਅੱਛੇ ਆ, ਇਹ ਖਾਣੇ ਚਾਹੀਦੇ ਆ। ਮੇਥੇ ਦੇ ਜਿਹੜੇ ਸਾਬਤ ਜਿਹੜੇ ਨੇ ਬੀਜ ਹੁੰਦੇ ਆ ਉਹ ਵੀ ਆਵਾਮ ਜਿਹੜੇ ਆਪਾਂ ਪੰਜੀਰੀ ਤਰ੍ਹਾਂ ਜੇ ਆਪਾਂ ਬਣਾ ਕੇ ਖਾਈ ਦੀ ਇਸ ਤਰ੍ਹਾਂ ਬਣਾ ਕੇ ਖਾਂਦੇ ਆ। ਅਤੇ ਇਸ ਤਰ੍ਹਾਂ ਜਿਹੜੇ ਸਬਜ਼ੀ ਬਣੀ ਇਹਨਾਂ ਦੀ ਭੁਰਜੀ ਬਣੀ ਹੋਣੀ ਆ ਹੁੰਦੀ ਆ ਅਤੇ ਉਹ ਜਿਹੜੀ ਮਛਰਾ ਬਹੁਤ ਪਿਆਰੀ ਬਣਦੀ ਆ, ਬਹੁਤ ਅੱਛੀ ਬਣਦੀ ਆ। ਮੈਨੂੰ ਤਾਂ ਬਹੁਤ ਸ਼ੌਕ ਹੁੰਦਾ ਇਹਨਾਂ ਦਾ ਖਾਣ ਦਾ। ਦੁਬਾਰਾ ਜੇ ਲਿਆਏ ਸੀ ਪਰ ਮੈਂ ਆਪ ਠੀਕ ਨਹੀਂ ਸੀ ਹੈਗੀ ਅਤੇ ਬੜੀ ਮੁਸ਼ਕਲ ਨਾਲ ਮੈਂ ਬਣਾਏ ਆ। ਸ਼ਹਿਦ ਵਾਰ ਲਿਆ, ਆਵਾਜ਼ਾਂ ਮਾਰ ਰਹੇ ਅਤੇ ਕੰਮ ਕਰ ਰਹੇ ਹਨ ਅਤੇ ਆਵਾਜ਼ਾਂ ਮਾਰ ਰਹੇ ਆ। ਹੁਣ ਥੋੜ੍ਹਾ ਜਿਹਾ ਪਾਣੀ ਮਿਕਸ ਕਰਕੇ ਵਿੱਚ ਉੱਪਰ ਦੇ ਦਿਨ ਢੱਕਣ ਤਾਂ ਅੱਛੀ ਤਰ੍ਹਾਂ ਬਣ ਕੇ ਤਿਆਰ ਹੋ ਜਾਂਦਾ। ਅੱਛਾ ਜੀ ਮੇਰੇ ਭੈਣ ਭਈਆ, ਮੈਂ ਥੋੜ੍ਹਾ ਜੂਮ ਕਰਕੇ ਦਿਖਾਉਂਦੀ ਹਾਂ। ਇਹ ਦੇਖੋ ਜੀ, ਇਹ ਨਾ ਕੱਪੜੇ ਕਲਰ ਹੁੰਦੇ ਰਜ਼ਾਈਆਂ ਅਤੇ ਇੱਦਾਂ ਦੀਆਂ ਸਾਰੀਆਂ, ਦੂਸਰਾ ਨਾ ਦੁਪੱਟੇ, ਕਾਫੀ ਚਾਦਰਾਂ ਕਲਰ ਹੁੰਦੀਆਂ ਵਾ। ਉਹ ਜਿਹੜੇ ਦੁਪੱਟੇ ਨਹੀਂ ਆ, ਜਿਹੜੀਆਂ ਨਹੀਂ ਹੁੰਦੀਆਂ ਟੈਂਟ ਬਣਾਉਂਦੇ ਆ ਤੰਬੂ। ਹਾਂਜੀ ਉਹ ਪ੍ਰਿੰਟਿੰਗ ਹੁੰਦੀ ਤੇ ਨਹੀਂ ਨਹੀਂ ਪ੍ਰਿੰਟਿੰਗ ਉਹ ਵੀ ਤੇ ਦੁਪੱਟਿਆਂ ਦੀ ਇੱਦਾਂ ਦੀ ਵੀ ਸਾਰੀ ਆ। ਅੱਛਾ ਅੱਛਾ ਜੀ, ਮੈਂ ਤਾਂ ਦਾਨਿਸ਼ ਨਿਕਲੇ ਬਾਹਰ ਨੂੰ, ਦੇਖੋ ਦਾਨਿਸ਼ ਜਾ ਰਿਹਾ ਅਤੇ ਸ਼ਾਮ ਦਾ ਟਾਈਮ ਹੋ ਚੱਲਾ ਕਿਉਂਕਿ ਸਮੋਕ ਆਉਣੀ ਜਿਹੜੀ ਸ਼ੁਰੂ ਹੋ ਗਈ ਆ। ਅਤੇ ਦੇਖੋ ਜੀ ਬਾਹਰ ਦਾ ਵਿਊ, ਮੈਂ ਥੋੜ੍ਹਾ ਜਿਹਾ ਚੱਲ ਆਪਣੇ ਭੈਣ ਭਾਈਆਂ ਨਾਲ ਸ਼ੇਅਰ ਕਰਦੀ ਹਾਂ। ਸ਼ਾਹਦ ਹੁਣੇ ਲੱਗੇ ਹੋਏ ਆ ਕੰਮ ਕਰਨ, ਉੱਪਰ ਹਲੇ ਚੜ੍ਹੇ ਹੋਏ ਉੱਪਰ ਛੱਤ ਦੇ ਅਤੇ ਕੰਮ ਕਰੀ ਜਾਣ ਡੇ। ਮੈਂ ਕਿਹਾ ਚੱਲ ਮੈਂ ਖਾਣਾ ਬਣਾ ਕੇ ਹਟੀ ਸੀ ਅਤੇ ਥੋੜ੍ਹਾ ਜਿਹਾ ਬਾਹਰ ਨੂੰ ਨਾ ਮਕਬਰ ਦੀਆਂ ਅਜ਼ਾਨਾਂ ਹੋਣ ਲੱਗ ਪਈਆਂ ਸੀਗੀਆਂ। ਮਕਬਰ ਦੀਆਂ ਅਜ਼ਾਨਾਂ ਸੁਣੀਆਂ ਵਾ, ਅਜ਼ਾਨ ਸੁਣ ਕੇ ਅਤੇ ਦੁਆ ਮੰਗ ਕੇ ਅਤੇ ਹੁਣ ਨਾ ਮੈਂ ਥੋੜ੍ਹਾ ਜਿਹਾ ਕਲਿੱਪਾਂ ਲਾ ਫਿਰ ਚੱਲਦੇ ਹਾਂ ਘਰ ਅਤੇ ਘਰ ਚੱਲ ਕੇ ਜੋ ਅਗਲਾ ਸੀਨ ਹੋਇਆ ਤਾਂ ਇਨਸ਼ਾਅੱਲਾ ਆਪਣੇ ਭੈਣ ਭਾਈ ਨਾਲ ਸ਼ੇਅਰ ਕਰੂੰ। ਦੇਖੋ ਕਵਾ ਆ ਰਿਹਾ ਵਾ, ਇਹ ਉੱਡਦਾ ਉੱਡਦਾ ਕਵਾ ਆ ਰਿਹਾ, ਦੇਖੋ ਜੀ ਲਾਗੇ ਆ ਗਿਆ ਹੁਣ। ਅਤੇ ਹੁਣ ਦਾਨਿਸ਼ ਨੂੰ ਲੈਂਦੀ ਹਾਂ ਨਾਲ, ਦਾਨਿਸ਼ ਨੂੰ ਲੈ ਕੇ ਅਤੇ ਘਰ ਚੱਲਦੇ ਇਨਸ਼ਾਅੱਲਾ ਜੀ। ਸੁਬਾਹ ਨੂੰ ਨਾ ਇਹ ਤੋੜ ਵਾਰ ਜਿਹੜੇ ਮੁਕੰਮਲ ਹੋ ਜਾਣੇ ਹਨ, ਉਹ ਵਿੱਚ ਲੱਗੇ ਸਰੀਆ ਅਤੇ ਬਜਰੀ ਸੀਮਿੰਟ ਪਾਉਣ ਪਾ ਕੇ ਅਤੇ ਸਵੇਰੇ ਇਨਸ਼ਾਅੱਲਾ ਇਹ ਤੋੜ ਮੁਕੰਮਲ ਵਾਰ ਹੋ ਜਾਣਗੇ, ਛੱਤਾਂ ਦੇ ਬਰਾਬਰ ਹੋ ਜੂਗੀ ਇਧਰਲੀ ਸਾਈਡ ਤੋਂ ਜੀ। ਮਸਾਲਾ ਦੇਖੋ ਬਣਿਆ ਪਿਆ, ਬਜਰੀ ਸੀਮਿੰਟ ਰੇਤਾ ਰਲਾ ਕੇ ਜਿਹੜੀ ਹੈ ਨਾ। ਹੁਣ ਹਨਾਇਆ ਫਾਤਮਾ ਦੇਖੋ ਮੇਰੇ ਆਉਣ ਤੋਂ ਪਹਿਲੇ ਇਹ ਲਸਣ ਦੀ ਵੇਖੋ ਮੈਨੂੰ ਕਹਿਣ ਦੀ ਝਾ ਝਾ। ਹਾਂਜੀ ਮੈਂ ਆਹ ਡਿੱਗ ਜਾਣਾ ਡਿੱਗ ਜਾਣਾ, ਤੂੰ ਕੁਰਸੀ ਤੋਂ ਡਿੱਗ ਜਾਣੀ ਤਾਂ ਹਿਲਾਉਣ ਡਈ ਹਾਂ, ਕੁਰਸੀ ਤੋਂ ਡਿੱਗ ਜੂੰਗੀ। ਹਾਂਜੀ ਅੰਤੇ ਕੇ ਭਰੀ ਜਾਣ ਡੇ। ਅੱਛਾ ਜੀ ਆਲੂ ਮੇਥੇ ਵੀ ਬਣ ਕੇ ਤਿਆਰ ਹੋ ਚੁੱਕੇ ਅਤੇ ਮਾਸ਼ਾਅੱਲਾ ਸਾਲਨ ਬਣ ਕੇ ਹੋ ਗਿਆ ਰੈਡੀ ਅਤੇ ਚੁੱਲ੍ਹੇ 'ਤੇ ਹੁਣ ਰੋਟੀ ਬਣਾ ਲੈਂਦੇ ਹਾਂ ਅਤੇ ਸਿਲੰਡਰ 'ਤੇ। ਅਤੇ ਅੱਛਾ ਜੀ ਮੇਰੇ ਭੈਣ ਬਾਈ, ਇਹ ਸੀ ਸਾਡੀ ਅੱਜ ਦੀ ਵੀਡੀਓ। ਅਗਰ ਜੇ ਮੇਰੇ ਭੈਣ ਬਾਈਆਂ ਨੂੰ ਪਸੰਦ ਆਈ ਹੋਵੇ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ, ਕਮੈਂਟ ਬੋਕਸ ਸਾਨੂੰ ਜ਼ਰੂਰ ਦੱਸੀ ਆਪਣੀਆਂ ਦੁਆਵਾਂ ਸਨ ਬੋਏ। ਯਾਦ ਰੱਖਿਓ ਅਸੀਂ ਵੀ ਆਪਣੇ ਭੈਣ ਬਾਈਆਂ ਨੂੰ ਹਰ ਟਾਈਮ ਯਾਦ ਰੱਖਦੇ ਲਾ ਪਾਕ, ਮੇਰੇ ਭੈਣ ਬਾਈਆਂ ਨੂੰ ਤੰਦਰੁਸਤੀ ਦੇਵੇ, ਸਿਹਤ ਦੇਵੇ, ਭਵਾਨਾਂ ਨੂੰ ਸ਼ਫਾ ਦੇਵੇ, ਜਿਹੜੇ ਕੋਈ ਬੇਰੁਜ਼ਗਾਰ ਅੱਲਾ ਤਾਲਾ ਰੋਜ਼ਦਰਸੀ ਲਾ ਦੇਵੇ, ਜਿਹੜੇ ਕੋਈ ਔਲਾਦ ਅੱਲਾ ਤਾਲਾ ਨੇਕ ਔਰ ਸਾਲੀਆ ਔਲਾਦ ਦੇ, ਜਿਹੜੇ ਬਿਮਾਰ ਅੱਲਾ ਤਾਲਾ ਕਾਮਲੇ ਸ਼ਫਾ ਦੇਵੇ, ਰੱਬੇ ਘਰ ਅੱਲਾ ਤਾਲਾ ਬੈਠਣੀ ਛੱਤ ਦੇਵੇ, ਅੱਲਾ ਸਭ ਨੂੰ ਰਿਜ਼ਕ ਹਲਾਲ ਦੇਵੇ। ਤਮਾਮ ਮੇਰੀ ਯੂਟਿਊਬ ਫੈਮਿਲੀ ਜਿਹੜੀ ਮੈਨੂੰ ਦੇਖਦੀ ਅੱਲਾ ਤਾਲਾ ਉਹਨਾਂ ਨੂੰ ਦੇ ਕਾਰੋਬਾਰ 'ਚ ਮਾਲ ਜਾਣ 'ਚ ਇਜ਼ਾਫਾ ਕਰੇ, ਤੰਦਰੁਸਤੀ ਦੇਵੇ, ਸਿਹਤ ਦੇਵੇ। ਅਤੇ ਫਿਰ ਮਿਲਾਂਗੇ ਨੈਕਸਟ ਵੀਡੀਓ ਵਿੱਚ, ਸਾਨੂੰ ਇਜਾਜ਼ਤ, ਅੱਲਾ ਹਾਫਿਜ਼।